ਅਚਾਨਕ ਇੱਕ ਇੰਡਸਟਰੀਲਿਸਟ ਉੱਠਦਾ ਹੈਗਾ, ਦਿਲ ਦੇ ਵਿੱਚ ਉਹਦੇ ਕੁਝ ਇਸ ਤਰ੍ਹਾਂ ਦੀ ਚੀਜ਼ ਫੀਲਿੰਗਸ ਜਾਗਦੀਆਂ ਨੇ ਲੋਕਾਂ ਨੂੰ ਲੈ ਕੇ, ਅਤੇ ਉਹ ਕਰੋਨਾ ਦੇ ਟਾਈਮ ਦੇ ਵਿੱਚ ਬਾਹਰ ਨਿਕਲਦਾ ਹੈਗਾ ਜਿੱਥੇ ਕਿ ਲੋਕ ਘਰਾਂ ਦੇ ਵਿੱਚ ਬੈਠੇ ਸੀਗੇ, ਬਾਹਰ ਨਿਕਲ ਕੇ ਕੰਮ ਕਰਦਾ ਹੈ। ਕੰਮ ਕਰਦੇ ਕਰਦੇ ਅਚਾਨਕ ਪੋਲੀਟੀਕਲ ਸਿਸਟਮ ਦੇ ਵਿੱਚ ਵੜ ਜਾਂਦਾ ਹੈਗਾ ਉਹ ਇਨਸਾਨ। ਜਦੋਂ ਕਰੋਨਾ ਕਾਲ ਦੇ ਵਿੱਚ ਤੁਸੀਂ ਦੇਖੋਗੇ ਵੀ ਜਿੰਨੇ ਵੀ ਆਪਣੇ MLAs ਜਾਂ ਲੀਡਰਸ ਸੀਗੇ, ਇਹਨਾਂ ਨੇ ਆਪਣੇ ਆਪ ਨੂੰ ਜਨਤਾ ਤੋਂ ਕੱਟ ਲਿਆ ਸੀ, ਅਤੇ ਕਿਤੇ ਨਾ ਕਿਤੇ ਸਮਾਜ ਸੇਵੀਆਂ ਨੇ ਬੜਾ ਵੱਡਾ ਰੋਲ ਅਦਾ ਕੀਤਾ ਉਸ ਟਾਈਮ ਦੇ ਵਿੱਚ। ਅਤੇ ਵਾਹਿਗੁਰੂ ਨੇ ਮੇਰੀ ਜੋ ਡਿਊਟੀ ਲਾਈ ਜਾਂ ਮੇਰੇ ਦਿਲ 'ਚ ਜਿਹੜੀਆਂ ਸੇਵਾ ਦੀਆਂ ਭਾਵਨਾਵਾਂ ਦੇਖ ਲਈਏ ਜਾਂ ਜੋ ਵੀ ਮੇਰੇ ਖਿਆਲ ਸੀਗੇ, ਮੈਂ ਜਨਤਾ ਦੇ ਵਿੱਚ ਗਿਆ ਔਰ ਪੁਲਿਸ ਪ੍ਰਸ਼ਾਸਨ ਨੇ ਮੈਨੂੰ ਬੜਾ ਹੀ ਮੈਨੂੰ ਕਹਿੰਦੇ ਨਾ ਵੀ ਮੇਰਾ ਸਾਥ ਦਿੱਤਾ, ਕਿਉਂਕਿ ਉਸ ਟਾਈਮ 'ਤੇ ਪਰਮਿਸ਼ਨਾਂ ਹੀ ਬੜੀਆਂ ਔਖੀਆਂ ਮਿਲਦੀਆਂ ਸੀਗੀਆਂ। ਹਰ ਕੋਈ ਲੀਡਰ ਕਹਿੰਦੇ ਨਾ ਵੀ ਕੰਮ ਕਰੇ ਕੋਈ, ਅਤੇ ਕ੍ਰੈਡਿਟ ਲੈਣ ਦੇ ਲਈ ਜਿਹੜਾ ਸੀਗਾ ਵੀ ਅੱਗੇ ਹੋ ਕੇ ਫੋਟੋਆਂ ਖਿਚਾਉਣ ਦੇ ਲਈ, ਉੱਦਾਂ ਦੀਆਂ ਚੀਜ਼ਾਂ ਦਾ ਵੀ ਮੈਨੂੰ ਬੜੀਆਂ ਮੁਸ਼ਕਲਾਤਾਂ ਦਾ ਜਿਹੜਾ ਸਾਹਮਣਾ ਕਰਨਾ ਪਿਆ। ਜਦੋਂ ਤੁਸੀਂ ਆਲਰੇਡੀ ਸੇਵਾ ਕਰ ਹੀ ਰਹੇ ਸੀ, ਤੁਹਾਨੂੰ ਕੀ ਇਸ ਤਰ੍ਹਾਂ ਦੀ ਲੋੜ ਪੈ ਗਈ ਵੀ ਪੋਲੀਟੀਕਲ ਸਿਸਟਮ ਦੇ ਵਿੱਚ ਵੜ ਗਏ? ਅਸਲ 'ਚ ਨਾ ਜੀ, ਲੋੜ ਦੀ ਗੱਲ ਨਹੀਂ ਹੈ, ਲੋੜ ਨਹੀਂ ਆਪਾਂ ਸ਼ਬਦ ਯੂਜ਼ ਕਰ ਸਕਦੇ, ਕਿਉਂਕਿ ਜੇ ਮੇਨ ਹਲਕਾ ਸਾਹਨੇਵਾਲ ਦੇ ਵਿੱਚ ਦੇਖਾਂ ਨਾ, ਸਾਡੇ ਸਾਹਨੇਵਾਲ ਦੇ ਵਿੱਚ ਵੀ ਹਜੇ ਉੱਦਾਂ ਦੇ ਪਿੰਡ ਹੈਗੇ ਨੇ, ਬੇਟ ਏਰੀਏ ਹੈਗੇ ਨੇ ਜਿੱਥੇ ਹਜੇ ਤੱਕ ਸੜਕਾਂ ਹੀ ਨਹੀਂ, ਬਿਜਲੀ ਦੇ ਕਨੈਕਸ਼ਨ ਤੱਕ ਹੀ ਨਹੀਂ। ਔਰ ਮੈਂ ਉੱਥੇ ਜਾ ਕੇ ਉਹਨਾਂ ਪਰਿਵਾਰਾਂ ਦੇ ਕੋਲ ਗਿਆ, ਉਹਨਾਂ ਪਰਿਵਾਰਾਂ ਦੇ ਕੋਲ ਜਾ ਕੇ ਮੈਨੂੰ ਇਹ ਮਹਿਸੂਸ ਹੋਇਆ ਵੀ ਯਾਰ ਉਰੇ ਤੱਕ ਜੇ ਮੈਂ ਅਪਰੋਚ ਮੈਂ ਰੋਜ਼ ਨਹੀਂ ਕਰ ਸਕਦਾ, ਪਰ ਮੈਂ ਜੇ ਪੋਲੀਟੀਕਲ ਸਿਸਟਮ ਦੇ ਵਿੱਚ ਆਉਣਾ ਹੈਗਾ ਤਾਂ ਮੈਂ ਕੁਛ ਨਾ ਕੁਛ ਇਹਨਾਂ ਪਰਿਵਾਰਾਂ ਦੇ ਲਈ ਕਰ ਸਕਦਾ। ਜਿਹੜੀ ਸ਼੍ਰੋਮਣੀ ਅਕਾਲੀ ਦਲ ਮਾਨ ਗਰੁੱਪ ਹੈਗਾ ਵਾ, ਉਹਨਾਂ ਦੀ ਸੋਚ ਕੀ ਹੈਗੀ ਹੈ, ਉਹ ਜਿਹੜੀ ਸੋਚ ਅੱਗੇ ਕਿਸ ਤਰ੍ਹਾਂ ਦੀ ਹੈਗੀ ਹੈ? ਕਿਉਂਕਿ ਪੋਲੀਟੀਕਲ ਜਿਹੜਾ ਸਿਸਟਮ ਹੈਗਾ ਕਿਤੇ ਨਾ ਕਿਤੇ ਹਰ ਪਾਰਟੀ ਦਾ ਕੋਈ ਕਮਜ਼ੋਰ ਵੀ ਹੁੰਦਾ ਔਰ ਮਜ਼ਬੂਤ ਵੀ ਹੁੰਦਾ ਹੈ। ਤੁਹਾਨੂੰ ਕੀ ਲੱਗਦਾ ਕਿ ਤੁਹਾਡੀ ਪਾਰਟੀ ਦਾ ਸਿਸਟਮ ਕਿੰਨਾ ਕੁ ਮਜ਼ਬੂਤ ਹੈਗਾ ਵੀ ਤੁਸੀਂ ਅੱਗੇ ਜਾ ਕੇ ਆਪਣਾ CM ਕੈਂਡੀਡੇਟ ਜਾਂ CM ਬਣਾ ਸਕਦੇ ਹੋ ਜਾਂ MLA ਵੀ ਬਣਾ ਸਕਦੇ ਹੋ? ਜੋ ਪੁਰਾਣੀਆਂ ਪ੍ਰੋਬਲਮਾਂ ਸੀਗੀਆਂ ਨਾ, ਉਹ ਕਾਫੀ ਹੱਦ ਤੱਕ ਸਾਡੀ ਪਾਰਟੀ ਦੇ ਵਿੱਚੋਂ ਕੈਂਸਰ ਬਾਹਰ ਨਿਕਲ ਚੁੱਕਿਆ। ਤੁਸੀਂ ਦੇਖੋਗੇ ਕਈ ਬੰਦੇ ਆਪਣੇ ਆਪ ਨੂੰ ਕੋਈ ਟੈਗ ਲਾਈ ਫਿਰਦਾ ਸੀ, ਕੋਈ ਸ਼ਹੀਦਾਂ ਦਾ ਟੈਗ ਲਾਈ ਫਿਰਦਾ ਸੀ, ਕੋਈ ਫਲਾਨਾ ਟੈਗ ਲਾਈ ਫਿਰਦਾ ਸੀਗਾ। ਨਮਸਕਾਰ ਜੀ, ਤੁਸੀਂ ਦੇਖ ਰਹੇ ਹੋ ਲਾਈਵ ਤੇਜ ਚੈਨਲ, ਮੈਂ ਹਾਂ ਅਜੇ ਪਾਵਾ। ਅੱਜ ਅਸੀਂ ਆਏ ਹੈਗੇ ਹਾਂ ਲੁਧਿਆਣਾ ਦੇ ਸਾਹਨੇਵਾਲ ਵਿਖੇ। ਮੇਰੇ ਨਾਲ ਮੌਜੂਦ ਨੇ ਗੱਲਬਾਤ ਕਰਨ ਨੂੰ ਗੁਰਚਰਨ ਸਿੰਘ ਰਾਜਪੂਤ, ਜਿਹੜੇ ਕਿ ਹੁਣ ਪ੍ਰੈਜੈਂਟ ਟਾਈਮ ਦੇ ਵਿੱਚ ਇੱਕ ਪੋਲੀਟੀਕਲ ਪਾਰਟੀ ਦੇ ਨਾਲ ਜੁਆਇੰਟ ਨੇ ਔਰ ਬਹੁਤ ਅੱਛਾ ਕੰਮ ਕਰ ਰਹੇ ਨੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜਾ ਮਾਨ ਗਰੁੱਪ ਜਿਹਨੂੰ ਕਹਿੰਦੇ ਹਾਂ, ਉਹਨਾਂ ਦੇ ਨਾਲ ਹੀ ਜੁਆਇਨ ਕਰਕੇ ਆਪਣਾ ਵਰਕਿੰਗ ਕਰ ਰਹੇ ਨੇ ਅਤੇ ਉਹਨਾਂ ਦੇ ਨਾਲ ਜੋ ਵੀ ਸੇਵਾਵਾਂ ਨੇ ਉਹ ਆਪਣੀਆਂ ਦੇ ਰਹੇ ਨੇ। ਅਤੇ ਮੈਂ ਇਹਨਾਂ ਤੋਂ ਪੁੱਛਾਂਗਾ, ਸੇਵਾ ਕਰਦੇ ਕਰਦੇ, ਆਮ ਜਨਤਕ ਦੀ ਸੇਵਾ ਕਰਦੇ ਕਰਦੇ ਅਚਾਨਕ ਜਿਹੜਾ ਪੋਲੀਟੀਕਲ ਦੇ ਨਾਲ ਜੁਆਇਨ ਹੋ ਕੇ, ਪੋਲੀਟੀਕਲ ਸਿਸਟਮ ਦੇ ਨਾਲ ਜੁਆਇਨ ਹੋ ਕੇ ਵਰਕ ਕਰਨਾ, ਇਹਨਾਂ ਨੂੰ ਕਿੰਨਾ ਕੁ ਚੰਗਾ ਲੱਗਿਆ ਅਤੇ ਲੋਕਾਂ ਨੇ ਇਹਨਾਂ ਨੂੰ ਜਿਹੜਾ ਪਹਿਲਾਂ ਪਸੰਦ ਕਰਦੇ ਸੀ ਅਤੇ ਹੁਣ ਕਿੰਨਾ ਕੁ ਉਹਨਾਂ ਦੇ ਵਿੱਚ ਪ੍ਰਭਾਵ ਹੈਗਾ? ਗੁਰਚਰਨ ਜੀ, ਤੁਹਾਡਾ ਸਵਾਗਤ ਸਾਡੇ ਚੈਨਲ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਜੀ। ਗੱਲ ਇਹ ਹੈਗੀ ਹੈ ਵੀ ਸੇਵਾ ਤੁਸੀਂ ਪਹਿਲਾਂ ਹੀ ਕਰ ਰਹੇ ਸੀਗੇ, ਬਹੁਤ ਅੱਛੀ ਸੇਵਾ ਕਰ ਰਹੇ ਸੀਗੇ, ਕਰੋਨਾ ਦੇ ਟਾਈਮ ਵੀ ਤੁਸੀਂ ਬਹੁਤ ਸੋਹਣੀ ਸੇਵਾ ਕੀਤੀ ਹੈਗੀ ਹੈ, ਲੋਕਾਂ ਦੇ ਵਿੱਚ ਵਿਚਰਦੇ ਰਹੇ ਹੋ। ਅਚਾਨਕ ਇੱਕ ਇੰਡਸਟਰੀਲਿਸਟ ਉੱਠਦਾ ਹੈਗਾ, ਦਿਲ ਦੇ ਵਿੱਚ ਉਹਦੇ ਕੁਝ ਇਸ ਤਰ੍ਹਾਂ ਦੀ ਚੀਜ਼ ਫੀਲਿੰਗਸ ਜਾਗਦੀਆਂ ਨੇ ਲੋਕਾਂ ਨੂੰ ਲੈ ਕੇ, ਅਤੇ ਉਹ ਕਰੋਨਾ ਦੇ ਟਾਈਮ ਦੇ ਵਿੱਚ ਬਾਹਰ ਨਿਕਲਦਾ ਹੈਗਾ ਜਿੱਥੇ ਕਿ ਲੋਕ ਘਰਾਂ ਦੇ ਵਿੱਚ ਬੈਠੇ ਸੀਗੇ, ਉਹ ਬਾਹਰ ਨਿਕਲ ਕੇ ਕੰਮ ਕਰਦਾ।
ਕੰਮ ਕਰਦੇ ਕਰਦੇ ਅਚਾਨਕ ਪੋਲੀਟੀਕਲ ਸਿਸਟਮ ਦੇ ਵਿੱਚ ਵੜ ਜਾਂਦਾ ਹੈਗਾ ਉਹ ਇਨਸਾਨ, ਇਸ ਤਰ੍ਹਾਂ ਦਾ ਕੀ ਚੀਜ਼ ਤੁਹਾਨੂੰ ਖਾਸ ਲੱਗੀ ਬਈ? ਸੇਵਾ ਤਾਂ ਤੁਸੀਂ ਪਹਿਲਾਂ ਹੀ ਕਰ ਰਹੇ ਸੀਗੇ। ਅਸਲ 'ਚ ਅਜੇ ਜੀ ਤੁਹਾਡਾ ਇਹ ਸਵਾਲ ਬਹੁਤ ਵਧੀਆ ਹੈ, ਅਤੇ ਮੈਂ ਇੱਕ ਤਰੀਕੇ ਦਾ ਨਾ ਫਲੈਸ਼ ਬੈਕ 'ਚ ਚਲਾ ਗਿਆ ਵੀ ਜਦੋਂ ਕਰੋਨਾ ਕਾਲ ਦੇ ਵਿੱਚ ਤੁਸੀਂ ਦੇਖੋਗੇ ਵੀ ਜਿੰਨੇ ਵੀ ਆਪਣੇ MLA ਸੀ ਜਾਂ ਲੀਡਰਸ ਸੀਗੇ, ਇਹਨਾਂ ਨੇ ਆਪਣੇ ਆਪ ਨੂੰ ਜਨਤਾ ਤੋਂ ਕੱਟ ਲਿਆ ਸੀ, ਅਤੇ ਕਿਤੇ ਨਾ ਕਿਤੇ ਸਮਾਜ ਸੇਵੀਆਂ ਨੇ ਬੜਾ ਵੱਡਾ ਰੋਲ ਅਦਾ ਕੀਤਾ ਉਸ ਟਾਈਮ ਦੇ ਵਿੱਚ। ਅਤੇ ਵਾਹਿਗੁਰੂ ਨੇ ਮੇਰੀ ਜੋ ਡਿਊਟੀ ਲਾਈ ਜਾਂ ਮੇਰੇ ਦਿਲ 'ਚ ਜਿਹੜੀਆਂ ਸੇਵਾ ਦੀਆਂ ਭਾਵਨਾਵਾਂ ਦੇਖ ਲਈਏ ਜਾਂ ਜੋ ਵੀ ਮੇਰੇ ਖਿਆਲ ਸੀਗੇ, ਮੈਂ ਜਨਤਾ ਦੇ ਵਿੱਚ ਗਿਆ ਔਰ ਪੁਲਿਸ ਪ੍ਰਸ਼ਾਸਨ ਨੇ ਮੈਨੂੰ ਬੜਾ ਹੀ ਮੈਨੂੰ ਕਹਿੰਦੇ ਨਾ ਵੀ ਮੇਰਾ ਸਾਥ ਦਿੱਤਾ, ਕਿਉਂਕਿ ਉਸ ਟਾਈਮ 'ਤੇ ਪਰਮਿਸ਼ਨਾਂ ਹੀ ਬੜੀਆਂ ਔਖੀਆਂ ਮਿਲਦੀਆਂ ਸੀਗੀਆਂ, ਜਿਵੇਂ ਕਿ ਸੈਨੀਟਾਈਜ਼ਰ ਕਰਨ ਦੀ ਪਰਮਿਸ਼ਨ ਲੈਣੀ ਜਾਂ ਫਿਰ ਉਹ ਮੈਨੂੰ ਉਹਨਾਂ ਹਾਲਾਤਾਂ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਨੂੰ ਪ੍ਰੋਬਲਮਾਂ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਹਰ ਕੋਈ ਲੀਡਰ ਕਹਿੰਦੇ ਨਾ ਵੀ ਕੰਮ ਕਰੇ ਕੋਈ ਅਤੇ ਕ੍ਰੈਡਿਟ ਲੈਣ ਦੇ ਲਈ ਜਿਹੜਾ ਸੀਗਾ ਵੀ ਅੱਗੇ ਹੋ ਕੇ ਫੋਟੋਆਂ ਖਿਚਾਉਣ ਦੇ ਲਈ, ਉੱਦਾਂ ਦੀਆਂ ਚੀਜ਼ਾਂ ਦਾ ਵੀ ਮੈਨੂੰ ਬੜੀਆਂ ਮੁਸ਼ਕਲਾਤਾਂ ਦਾ ਜਿਹੜਾ ਸਾਹਮਣਾ ਕਰਨਾ ਪਿਆ। ਅਤੇ ਪਰ ਜਦੋਂ ਇਕੱਲਾ ਘਰੋਂ ਤੁਰਿਆ ਸੀਗਾ ਉਦੋਂ ਇੱਕ ਵਾਰੀ ਮੈਨੂੰ ਫੀਲ ਹੁੰਦਾ ਸੀਗਾ ਵੀ ਯਾਰ ਆਪਾਂ ਨੇ ਇਹ ਪੰਗਾ ਲੈ ਲਿਆ, ਬਟ ਜਿਵੇਂ ਜਿਵੇਂ ਲੋਕਾਂ ਦੇ ਵਿੱਚ ਗਏ ਵਿਚਰੇ, ਲੋਕਾਂ ਨੇ ਮੈਨੂੰ ਜਿੰਨਾ ਜਨਤਾ ਨੇ ਹਲਕਾ ਸਾਹਨੇਵਾਲ ਦੀ ਜਨਤਾ ਨੇ ਜਿੰਨਾ ਮੈਨੂੰ ਪਿਆਰ ਮਾਣ ਸਤਿਕਾਰ ਦਿੱਤਾ ਔਰ ਉਸ ਪਿਆਰ ਨੂੰ ਮੈਂ ਕਿਤੇ ਨਾ ਕਿਤੇ ਮੈਨੂੰ ਅੱਜ ਆਤਮਾ ਨੂੰ ਬੜੀ ਸ਼ਾਂਤੀ ਮਿਲਦੀ ਹੈਗੀ ਹੈ ਕਿ ਮੈਂ ਅੱਜ ਜਿਵੇਂ ਟੂਰਨਾਮੈਂਟਾਂ ਦੇ ਵਿੱਚ ਜਾਂਦਾ ਜਾਂ ਜਿਵੇਂ ਜਿੰਨੇ ਵੀ ਸਾਡੇ ਸੋਸ਼ਲ ਸਾਡੀਆਂ ਕੰਮ ਹੁੰਦੇ ਨੇ ਹਲਕਾ ਸਾਹਨੇਵਾਲ ਦੇ ਵਿੱਚ, ਜੇ ਮੈਂ ਮੇਨ ਲੈ ਕੇ ਗੱਲ ਕਰਾਂ ਕਿਉਂਕਿ ਮੈਂ ਸਾਹਨੇਵਾਲ 'ਚ ਮੇਰਾ ਕਾਰੋਬਾਰ ਹੈ ਔਰ ਹਲਕਾ ਸਾਹਨੇਵਾਲ ਦੇ ਵਿੱਚ ਹੀ ਮੇਰਾ ਘਰ ਹੈਗਾ। ਅਤੇ ਬਹੁਤ ਹੀ ਵਧੀਆ ਔਰ ਵਾਹਿਗੁਰੂ ਦੀ ਮੈਂ ਬੜੀ ਹੀ ਕਿਰਪਾ ਹੈਗੀ ਹੈ, ਇੰਨਾ ਮੈਨੂੰ ਮਾਣ ਸਤਿਕਾਰ ਮਿਲਦਾ ਹੈ ਅਤੇ ਆਉਣ ਵਾਲੇ ਟਾਈਮ ਦੇ ਵਿੱਚ ਵਾਹਿਗੁਰੂ ਦੀ ਕਿਰਪਾ ਸਦਕਾ ਅਸੀਂ ਹੋਰ ਜਨਤਾ ਦੀ ਸੇਵਾ ਕਰਨ ਦਾ ਮੌਕਾ ਜਿਹੜਾ ਹੈਗਾ, ਮੈਂ ਚਾਹੁੰਦਾ ਹੈਗਾ ਕਿ ਮੈਂ ਕਿਸੇ ਪਾਸਿਓਂ ਵੀ ਖੁੰਝ ਨਾ ਜਾਵਾਂ ਵੀ ਕਿਤੇ ਵੀ ਕੋਈ ਨੀਡੀ ਪਰਸਨ ਹੈ ਜਾਂ ਕੋਈ ਗਰੀਬ, ਮੰਨ ਲਓ ਚਾਹੇ ਅਸੀਂ ਪਿੱਛੇ ਤੁਸੀਂ ਦੇਖਿਆ ਹੋਣਾ ਵੀ ਅਸੀਂ ਕਿਉਂਕਿ ਨਾ ਹਰ ਕੋਈ ਜਿਹੜੇ ਲੀਡਰਸ ਨੇ ਜੇ ਆਪਾਂ ਦੇਖ ਲੈਂਦੇ ਹਾਂ ਨਾ ਜੀ ਫੋਟੋਆਂ ਖਿਜਾ ਕੇ ਅਤੇ ਕੰਮ ਕੀਤਾ ਕੋਈ, ਅਤੇ ਕਿਉਂਕਿ ਵੱਡੇ ਅਹੁਦੇਦਾਰਾਂ 'ਤੇ ਹੁੰਦੇ ਨੇ, ਇੱਦਾਂ ਦਾ ਕਦੀ ਧਿਆਨ 'ਚ ਆਇਆ ਹੀ ਨਹੀਂ। ਅਤੇ ਅੱਜ ਵੀ ਮੈਂ ਤਾਂ ਆਪਣੇ ਆਪ ਨੂੰ ਜਨਤਾ ਦਾ ਸੇਵਾਦਾਰ ਕਹਿੰਦਾ ਹੈਗਾ ਔਰ ਤੁਸੀਂ ਜੇ ਦੇਖੋਗੇ ਵੀ ਮੇਰੀਆਂ ਪੋਸਟਾਂ ਦੇ ਥੱਲੇ ਮੈਂ ਸਿਰਫ ਪੰਥ ਅਤੇ ਦਾਸ ਇਹੀ ਲਿਖਦਾ ਹੈਗਾ, ਕਿਉਂਕਿ ਐਵੇਂ ਅਹੁਦਿਆਂ ਦੇ ਵਿੱਚ ਉਲਝ ਕੇ ਅਤੇ ਬੰਦਾ ਨਾ ਫਿਰ ਕਈ ਗਲਤੀਆਂ ਕਰ ਬੈਠਦਾ, ਅਤੇ ਵਾਹਿਗੁਰੂ ਨੇ ਹਜੇ ਤੱਕ ਉੱਦਾਂ ਦੇ ਮੈਨੂੰ ਗੇੜ ਦੇ ਵਿੱਚ ਨਹੀਂ ਫਸਾਇਆ, ਇਹ ਵੀ ਮੈਂ ਧੰਨਵਾਦ ਕਰਦਾ ਵਾਹਿਗੁਰੂ ਦਾ। ਜਦੋਂ ਤੁਸੀਂ ਆਲਰੇਡੀ ਸੇਵਾ ਕਰ ਹੀ ਰਹੇ ਸੀਗੇ ਤੁਹਾਨੂੰ ਕੀ ਇਸ ਤਰ੍ਹਾਂ ਦੀ ਲੋੜ ਪੈ ਗਈ ਵੀ ਪੋਲੀਟੀਕਲ ਸਿਸਟਮ ਦੇ ਵਿੱਚ ਵੜ ਗਏ? ਅਸਲ 'ਚ ਨਾ ਜੀ ਲੋੜ ਦੀ ਗੱਲ ਨਹੀਂ ਹੈ, ਲੋੜ ਨਹੀਂ ਆਪਾਂ ਸ਼ਬਦ ਯੂਜ਼ ਕਰ ਸਕਦੇ, ਕਿਉਂਕਿ ਜੇ ਮੇਨ ਹਲਕਾ ਸਾਹਨੇਵਾਲ ਦੇ ਵਿੱਚ ਦੇਖਾਂ ਨਾ ਵੀ ਸਾਡੇ ਸਾਹਨੇਵਾਲ ਦੇ ਵਿੱਚ ਵੀ ਹਜੇ ਉੱਦਾਂ ਦੇ ਪਿੰਡ ਹੈਗੇ ਨੇ, ਬੇਟ ਏਰੀਏ ਹੈਗੇ ਨੇ ਜਿੱਥੇ ਹਜੇ ਤੱਕ ਸੜਕਾਂ ਹੀ ਨਹੀਂ, ਬਿਜਲੀ ਦੇ ਕਨੈਕਸ਼ਨ ਤੱਕ ਹੀ ਨਹੀਂ, ਔਰ ਮੈਂ ਉੱਥੇ ਜਾ ਕੇ ਸਾਡਾ ਰਾਜਪੂਤ ਭਾਈਚਾਰਾ ਵੀ ਉੱਥੇ ਬੈਠਾ ਹੈਗਾ ਅਤੇ ਹੋਰ ਡਿਫਰੈਂਟ, ਮੈਂ ਕਹਿ ਲਈ ਕੋਈ ਕਾਸਟ ਦੀ ਗੱਲ ਨਹੀਂ ਕਰ ਰਿਹਾ, ਮੈਂ ਇੱਕ ਉਦਾਹਰਨ ਦੇ ਰਿਹਾ। ਅਤੇ ਕਹਿਣ ਦਾ ਮਤਲਬ ਨਾ ਉਹਨਾਂ ਪਰਿਵਾਰਾਂ ਦੇ ਕੋਲ ਗਿਆ, ਉਹਨਾਂ ਪਰਿਵਾਰਾਂ ਦੇ ਕੋਲ ਜਾ ਕੇ ਮੈਨੂੰ ਇਹ ਮਹਿਸੂਸ ਹੋਇਆ ਵੀ ਯਾਰ ਉਰੇ ਤੱਕ ਜੇ ਮੈਂ ਅਪਰੋਚ ਮੈਂ ਰੋਜ਼ ਨਹੀਂ ਕਰ ਸਕਦਾ, ਪਰ ਮੈਂ ਜੇ ਪੋਲੀਟੀਕਲ ਸਿਸਟਮ ਦੇ ਵਿੱਚ ਆਉਣਾ ਹੈਗਾ
ਅਤੇ ਮੈਂ ਕੁਛ ਨਾ ਕੁਛ ਇਹਨਾਂ ਪਰਿਵਾਰਾਂ ਦੇ ਲਈ ਕਰ ਸਕਦਾ। ਪਰ ਉਹਦਾ ਮੈਨੂੰ ਬੈਨੀਫਿਟ ਇਹ ਮਿਲਿਆ ਕਿ ਅੱਜ ਜਿਵੇਂ ਕਿ ਪਿੱਛੇ ਤੁਸੀਂ ਦੇਖੋਗੇ ਇੰਡਸਟਰੀਅਲ ਪਾਰਕ ਬਣਨ ਦਾ ਬੜਾ ਹੀ, ਜਦੋਂ ਆਮ ਆਦਮੀ ਪਾਰਟੀ ਆਈ ਹੈ ਅਤੇ ਇੰਡਸਟਰੀਅਲ ਪਾਰਕ ਬਣਾਉਣ ਦਾ ਬੜਾ ਇੱਕ ਰੌਲਾ ਪੈ ਗਿਆ ਸੀਗਾ, ਔਰ ਸਾਰੀਆਂ ਸਰਕਾਰਾਂ ਦੇ ਲੀਡਰਾਂ ਨੇ ਆਪਣੀ ਸ਼ੋਹਰਤ ਝੂਠੀ ਸ਼ੋਹਰਤ ਹਾਸਲ ਕਰਨ ਦੇ ਲਈ ਉੱਥੇ ਚਲੇ ਗਏ ਸੀਗੇ ਮੱਤੇਵਾੜੇ ਜੰਗਲਾਂ ਦੇ ਵਿੱਚ, ਅਤੇ ਕਈ MLA ਸਨਿਆਂ ਨੇ ਤਾਂ ਇਸ ਤੱਕ ਵੀ ਬਿਆਨ ਦਿੱਤੇ ਸੀਗੇ ਵੀ ਇੰਡਸਟਰੀ ਦਾ ਬੜਾ ਵਾਧਾ ਹੋਊਗਾ, ਇੱਦਾਂ ਹੋਊਗਾ, ਉੱਦਾਂ ਹੋਊਗਾ, ਸਿਰਫ ਅਤੇ ਸਿਰਫ ਆਪਣੀ ਅਹੁਦੇ ਨੂੰ ਬਚਾਉਣ ਦੇ ਲਈ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਇੱਕ ਹਿਊਮਰ ਚੱਲ ਰਹੀ ਸੀ ਬੜੀ ਜ਼ਿਆਦਾ, ਅਤੇ ਆਮ ਆਦਮੀ ਪਾਰਟੀ ਨਵੀਂ ਨਵੀਂ ਆਈ ਸੀਗੀ। ਅਤੇ ਮੈਂ ਹੀ ਸਭ ਤੋਂ ਪਹਿਲਾਂ ਇਹ ਮੁੱਦਾ ਚੱਕਿਆ ਸੀਗਾ ਵੀ ਜਿਹੜਾ ਧਨਾਂਸੂ ਜਿਹੜਾ ਫੋਕਲ ਪੁਆਇੰਟ ਕੱਟਿਆ, ਕਿਉਂਕਿ ਇਹ ਧਨਾਂਸੂ ਦਾ ਜਿਹੜਾ ਕੱਟਿਆ ਸੀਗਾ ਉਸ ਟਾਈਮ 'ਤੇ ਮੇਰੇ ਫਾਦਰ ਸਾਹਿਬ ਚੈਂਬਰ ਆਫ ਕਮਰਸ ਦੇ ਪ੍ਰੈਜ਼ੀਡੈਂਟ ਸੀਗੇ, ਕਿਉਂਕਿ ਅਸੀਂ ਸ਼ੁਰੂ ਤੋਂ ਇੰਡਸਟਰੀਲਿਸਟਾਂ ਦੇ ਨਾਲ ਔਰ ਗਰੀਬ ਜਿਹੜੇ ਮੀਡੀਅਮ ਸਕੇਲ ਇੰਡਸਟਰੀ ਦੇ ਨਾਲ ਅਸੀਂ ਜੁੜੇ ਹੋਏ ਸੀ, ਅਤੇ ਮੇਰੇ ਫਾਦਰ ਸਾਹਿਬ ਦਾ ਇੱਕ ਸੁਪਨਾ ਵੀ ਸੀਗਾ ਵੀ ਉਰੇ ਜਿਹੜੀ ਮੁਹੱਲਿਆਂ ਦੇ ਵਿੱਚ ਜਿਹੜੀ ਇੰਡਸਟਰੀ ਲੱਗੀ ਹੋਈ ਆ ਵੀ ਉਹ ਇੰਡਸਟਰੀ ਨੂੰ ਅਸੀਂ ਉਰੇ ਵਸਾਵਾਂਗੇ, ਲਿਆ ਕੇ ਟ੍ਰੀਟਮੈਂਟ ਪਲਾਂਟ ਲੱਗਣਗੇ, ETP ਪਲਾਂਟ ਲੱਗਣਗੇ। ਅਤੇ ਅਨਫੋਰਚੁਨੇਟਲੀ ਉਹ ਫਾਦਰ ਸਾਹਿਬ ਮੇਰੇ ਐਕਸਪਾਇਰ ਹੋ ਗਏ, ਅਤੇ ਫਿਰ ਜੋ ਵੀ ਸਰਕਾਰ ਦੀਆਂ ਨੀਤੀਆਂ ਚਲੋ ਉਹ ਜੋ ਵੀ ਹੋਇਆ, ਅਤੇ ਪਰ ਉਹ ਸੁਪਨਾ ਜਿਹੜਾ ਸੀ ਫੋਕਲ ਪੁਆਇੰਟ ਤਾਂ ਕੱਟਿਆ ਗਿਆ, ਪਰ ਜੋ ਗਰੀਬ ਪਰਿਵਾਰਾਂ ਦੇ ਲਈ ਮੇਰੇ ਫਾਦਰ ਸਾਹਿਬ ਕਰਨਾ ਚਾਹੁੰਦੇ ਸੀਗੇ ਉਹ ਕੰਮ ਕਿਤੇ ਨਾ ਕਿਤੇ ਮੈਂ ਪੂਰਾ ਨਹੀਂ ਕਰ ਸਕਿਆ, ਜਿਹਦੇ ਕਰਕੇ ਮੈਨੂੰ ਇਹ ਨਿਰਾਸ਼ਾ ਹੈਗੀ ਹੈ। ਪਰ ਵਾਹਿਗੁਰੂ ਕਿਰਪਾ ਕਰੇ ਆਉਣ ਵਾਲਾ ਟਾਈਮ ਜਿਹੜਾ ਹੈਗਾ ਵੀ ਸਾਡੀ ਸਰਕਾਰ ਆਉਂਦੀ ਹੈ, ਜਿਵੇਂ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਮੈਂ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਦੀ ਪਾਰਟੀ ਦੇ ਵਿੱਚ ਹਾਂ, ਔਰ ਉਹ ਮੈਨੂੰ ਬੜਾ ਹੀ ਐਜ਼ ਏ ਆਪਣਾ ਪੁੱਤਰ ਮੈਨੂੰ ਡੀਲ ਕਰਦੇ ਨੇ, ਬੜਾ ਆਸ਼ੀਰਵਾਦ ਮੈਨੂੰ ਦਿੰਦੇ ਨੇ। ਅਤੇ ਕਿਤੇ ਨਾ ਕਿਤੇ ਆਉਣ ਵਾਲਾ ਟਾਈਮ ਸਾਡੀ ਸਰਕਾਰ ਬਣੇਗੀ ਅਤੇ ਮੈਂ ਇਹ ਮੇਰੀ ਸਭ ਤੋਂ ਵੱਡਾ ਐਫਰਟ ਰਹੂਗਾ ਕਿ ਮੈਂ ਉਹਨਾਂ ਗਰੀਬ ਪਰਿਵਾਰਾਂ ਦੇ ਲਈ ਕੁਛ ਕਰਾਂ ਜਿਹੜੇ ਕਿ ਨੀਚੇ ਫੈਕਟਰੀ ਚਲਾਉਂਦੇ ਨੇ ਅਤੇ ਉੱਪਰ ਜਿਹੜਾ ਕਿ ਰਹਿੰਦੇ ਨੇ। ਅਤੇ ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਵੀ ਜਿਵੇਂ ਫਾਦਰ ਸਾਹਿਬ ਨੇ ਇੱਕ ਉਪਰਾਲਾ ਕੀਤਾ ਸੀਗਾ ਵੀ ਉਹਨਾਂ ਦੇ ਲਈ ਬੈਂਕਾਂ ਦੀਆਂ ਜਾਂ ਫੰਡਸ ਜਾਂ ਹੋਰ ਵੀ ਕਈ ਤਰ੍ਹਾਂ ਦੀਆਂ ਜਿਹੜੀਆਂ ਇੰਡਸਟਰੀਲਿਸਟ ਪਰੇਸ਼ਾਨ ਰਹਿੰਦੇ ਨੇ ਵੀ ਉਹ ਸਾਰੀਆਂ ਜ਼ਰੂਰਤਾਂ ਉਰੇ ਪੂਰੀਆਂ ਕੀਤੀਆਂ ਜਾਣ, ਅਤੇ ਉਹ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਪੂਰੀ ਕਰਨ ਦੀ ਕੋਸ਼ਿਸ਼ ਕਰੂੰਗਾ। ਤੁਹਾਡੀ ਕੋਸ਼ਿਸ਼ਾਂ ਚਲੋ ਰੰਗ ਲਾਉਣ, ਮੈਂ ਕਹਿੰਦਾ ਜਿਹੜੀ ਸ਼੍ਰੋਮਣੀ ਅਕਾਲੀ ਦਲ ਮਾਨ ਗਰੁੱਪ ਹੈਗਾ ਵਾ, ਹਾਂਜੀ, ਉਹਨਾਂ ਦੀ ਸੋਚ ਕੀ ਹੈਗੀ ਹੈ, ਉਹ ਜਿਹੜੀ ਸੋਚ ਅੱਗੇ ਕਿਸ ਤਰ੍ਹਾਂ ਦੀ ਹੈਗੀ ਹੈ, ਕਿਉਂਕਿ ਪੋਲੀਟੀਕਲ ਜਿਹੜਾ ਸਿਸਟਮ ਹੈਗਾ ਕਿਤੇ ਨਾ ਕਿਤੇ ਹਰ ਪਾਰਟੀ ਦਾ ਕੋਈ ਕਮਜ਼ੋਰ ਵੀ ਹੁੰਦਾ ਔਰ ਮਜ਼ਬੂਤ ਵੀ ਹੁੰਦਾ ਹੈ, ਤੁਹਾਨੂੰ ਕੀ ਲੱਗਦਾ ਵੀ ਤੁਹਾਡੀ ਪਾਰਟੀ ਦਾ ਸਿਸਟਮ ਕਿੰਨਾ ਕੁ ਮਜ਼ਬੂਤ ਹੈਗਾ ਵੀ ਤੁਸੀਂ ਅੱਗੇ ਜਾ ਕੇ ਆਪਣਾ CM ਕੈਂਡੀਡੇਟ ਜਾਂ CM ਬਣਾ ਸਕਦੇ ਹੋ ਜਾਂ MLA ਵੀ ਬਣਾ ਸਕਦੇ ਹੋ, ਕਿਉਂਕਿ ਲਾਸਟ ਸੀਟ ਜਿਹੜੀ ਹੈਗੀ ਸੰਗਰੂਰ ਦੀ ਜਿੱਤੀ ਗਈ ਹੈਗੀ ਹੈ ਅੱਜ ਤੱਕ ਦਾ ਜਿਹੜਾ ਆਪਾਂ ਰੇਟ ਕਹਿ ਸਕਦੇ ਹਾਂ। ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ, ਅਸਲ ਦੇ ਵਿੱਚ ਨਾ ਜਿਵੇਂ ਕਿ ਹਵਾ ਦਾ ਰੁੱਖ ਚੇਂਜ ਹੋਇਆ, ਅਸੀਂ ਸੰਗਰੂਰ ਦੀ ਸੀਟ ਜਿੱਤੇ ਔਰ ਨੌਜਵਾਨੀ ਨੇ ਜਿਵੇਂ ਕਿ ਕਹਿੰਦੇ ਨੇ ਵੀ ਇੱਕ ਪੱਲਾ ਫੜ ਲਿਆ ਸੱਚ 'ਤੇ ਚੱਲਣ ਦੇ ਲਈ, ਔਰ ਸਿਰਫ ਅਤੇ ਸਿਰਫ ਆਪਣੇ ਕੋਲ ਜੇ ਕੋਈ ਸੈਕਿੰਡ ਵਿਕਲਪ ਹੈਗਾ ਤੁਸੀਂ ਇਹ ਦੱਸੋ ਪੰਜਾਬ ਦੇ ਲਈ, ਪੰਜਾਬੀਅਤ ਦੇ ਲਈ ਔਰ ਪੰਜਾਬ ਦੇ ਜਿਵੇਂ ਆਪਾਂ ਹਰੇਕ ਮੁੱਦਿਆਂ ਨੂੰ ਛੂਹਣ ਦੇ ਲਈ ਸਿਰਫ ਇੱਕੋ ਚਿਹਰਾ ਰਹਿ ਜਾਂਦਾ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ, ਜਿਨ੍ਹਾਂ ਦੇ ਉੱਤੇ ਅੱਜ ਤੱਕ ਕੀ ਮੇਰੇ ਹਿਸਾਬ ਨਾਲ ਤਾਂ ਕਦੀ ਕੋਈ ਬਲੇਮ ਲੱਗ ਹੀ ਨਹੀਂ ਸਕਦਾ, ਕਿਉਂਕਿ ਬੜੀ ਸਾਫ਼ ਅਤੇ ਪਾਕ ਛਵੀ ਦੇ ਮਾਲਕ ਹੈਗੇ ਨੇ। ਅਤੇ ਜਿਵੇਂ ਕਿ ਉਹਨਾਂ ਦੇ ਦੋਹਤੇ ਨੇ ਔਰ ਸਾਡੀ ਪਾਰਟੀ ਦੇ ਜਥੇਬੰਦਕ ਸਕੱਤਰ ਨੇ ਸਰਦਾਰ ਗੋਬਿੰਦ ਸਿੰਘ ਸੰਧੂ ਜੀ, ਬਹੁਤ ਹੀ ਸ਼ਾਰਪ ਮਾਇੰਡ ਨੇ,
ਔਰ ਉਹਨਾਂ ਦੀ ਜਿਹੜੀ ਕੰਮ ਕਰਨ ਦਾ ਤਰੀਕਾ ਹੈ, ਜਿਵੇਂ ਪਾਰਟੀ ਦੀ ਚੜ੍ਹਦੀ ਕਲਾ ਦੇ ਲਈ ਜਿਵੇਂ ਉਹਨਾਂ ਨੇ ਸੰਗਰੂਰ ਦੇ ਵਿੱਚ ਵਿਉਂਤਬਾਜੀ ਬਣਾਈ ਸੀਗੀ, ਉਹ ਵੀ ਜੋ ਮੇਰਾ ਦਿਲ ਕਹਿੰਦਾ ਹੈਗਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਜਿਵੇਂ ਹੁਣ 2024 ਦੀਆਂ ਇਲੈਕਸ਼ਨਾਂ ਵੀ ਨੇੜੇ ਆ ਗਈਆਂ ਨੇ, SGPC ਦੀਆਂ ਵੀ ਇਲੈਕਸ਼ਨਾਂ ਜਿਵੇਂ ਨੇੜੇ ਆ ਰਹੀਆਂ, ਅਤੇ ਸਾਡੇ ਕੈਂਡੀਡੇਟ ਕਿਉਂਕਿ ਜੋ ਪੁਰਾਣੀਆਂ ਪ੍ਰੋਬਲਮਾਂ ਸੀਗੀਆਂ ਨਾ ਉਹ ਕਾਫੀ ਹੱਦ ਤੱਕ ਸਾਡੀ ਪਾਰਟੀ ਦੇ ਵਿੱਚੋਂ ਕੈਂਸਰ ਬਾਹਰ ਨਿਕਲ ਚੁੱਕਿਆ ਜੋ ਮੈਨੂੰ ਫੀਲ ਹੁੰਦਾ। ਅਤੇ ਹੁਣ ਜਿਹੜੇ ਵੀ ਬੰਦੇ ਜਾਂ ਜਿਹੜੇ ਵੀ ਆਗੂ ਸਾਡੀ ਪਾਰਟੀ ਦੇ ਵਿੱਚ ਹੈਗੇ ਨੇ ਉਹ ਪੰਥ ਔਰ ਸਾਡੀ ਪਾਰਟੀ ਦੀ ਚੜ੍ਹਦੀ ਕਲਾ ਦੇ ਲਈ ਕੰਮ ਵੀ ਕਰਦੇ ਪਏ ਨੇ। ਹੈ ਜਿਵੇਂ ਪਹਿਲਾਂ ਤੁਸੀਂ ਦੇਖੋਗੇ ਕਈ ਬੰਦੇ ਆਪਣੇ ਆਪ ਨੂੰ ਕੋਈ ਟੈਗ ਲਾਈ ਫਿਰਦਾ ਸੀ, ਕੋਈ ਸ਼ਹੀਦਾਂ ਦਾ ਟੈਗ ਲਾਈ ਫਿਰਦਾ ਸੀ, ਕੋਈ ਫਲਾਨਾ ਟੈਗ ਲਾਈ ਫਿਰਦਾ ਸੀਗਾ, ਵੀ ਹੁਣ ਤਾਂ ਸਾਡੀ ਪਾਰਟੀ ਦਾ ਨਾ ਇੱਕ ਕਲਚਰ ਬਣ ਗਿਆ ਵੀ ਕੰਮ ਕਰੋ, ਪਾਰਟੀ ਦੀ ਚੜ੍ਹਦੀ ਕਲਾ ਦੇ ਲਈ ਕੰਮ ਕਰੋ। ਅਤੇ ਪਹਿਲਾਂ ਤਾਂ ਇੱਦਾਂ ਦੇ ਬੰਦੇ ਸੀਗੇ ਵੀ ਜਿਹੜਾ ਪਾਰਟੀ ਦੇ ਨਾਂ 'ਤੇ ਪੈਸੇ ਵੀ ਠੱਗਦੇ ਰਹੇ, ਅਤੇ ਪਾਰਟੀ ਦਾ ਕੋਈ ਬੰਦਾ ਉਹਨਾਂ ਨੇ ਆਪਣੇ ਏਰੀਏ ਦੇ ਵਿੱਚੋਂ ਹੀ ਨਹੀਂ ਜੋੜ ਪਾਏ। ਆਪਾਂ ਗੱਲ ਕਰ ਰਹੇ ਹਾਂ ਪੰਥ ਦੀ, ਜੇ ਆਪਾਂ ਗੱਲ ਕਰੀਏ ਤੁਹਾਡੇ ਵੱਲੋਂ ਹੀ ਮੈਂ ਸ਼ਬਦ ਸੁਣ ਰਿਹਾ ਪੰਥ ਦੇ ਰਖਵਾਲੇ ਦੀ ਗੱਲ ਕਰ ਰਹੇ ਤੁਸੀਂ, ਤੁਹਾਨੂੰ ਨਹੀਂ ਲੱਗਦਾ ਕਿ SGPC ਦਾ ਜਿਹੜਾ ਇਲੈਕਸ਼ਨ ਹੋ ਗਿਆ ਜਾਂ SGPC ਨੂੰ ਪੋਲੀਟੀਕਲ ਸਿਸਟਮ ਤੋਂ ਅਲੱਗ ਰੱਖਣਾ ਚਾਹੀਦਾ ਹੈਗਾ, ਤੁਹਾਨੂੰ ਲੱਗਦਾ ਨਹੀਂ ਇਸ ਚੀਜ਼ ਨੂੰ? ਨਹੀਂ, ਇਹ ਅਸਲ ਜੇ ਨਾ ਜੀ ਜਿਹੜੀਆਂ ਪੁਰਾਣੀਆਂ ਸਰਕਾਰਾਂ ਸੀਗੀਆਂ ਨਾ, ਜਿਵੇਂ ਕਿ ਤੁਸੀਂ ਦੇਖੋ 12 ਸਾਲਾਂ ਤੋਂ ਸਿੱਖਾਂ ਦੀ ਪਾਰਲੀਮੈਂਟ ਕਹੀ ਜਾਣ ਵਾਲੀ SGPC ਦੀ ਕਦੀ ਇਲੈਕਸ਼ਨ ਹੀ ਨਹੀਂ ਸੀ ਹੋਣ ਦਿੱਤੀ ਗਈ, ਰੱਬ ਜਾਣੇ ਕੌਣ ਸੀ ਪਿੱਛੇ, ਮੈਂ ਕੈਮਰੇ ਦੇ ਸਾਹਮਣੇ ਉਹਨਾਂ ਦਾ ਨਾਮ ਨਹੀਂ ਲੈਣਾ ਚਾਹੁੰਦਾ, ਪਰ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਜੋ ਕਿ ਇਕੱਲੇ ਪਾਰਲੀਮੈਂਟ ਦੇ ਵਿੱਚ ਜਾਂਦੇ ਨੇ, ਸਿੱਖਾਂ ਦੀ ਨੂੰ ਰਿਪ੍ਰੈਜੈਂਟ ਕਰਦੇ ਹੈਗੇ ਨੇ, ਔਰ ਵੱਡੀ ਗੱਲ ਇਹ ਹੈਗੀ ਹੈ ਵੀ ਜੋ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਪਾਰਲੀਮੈਂਟ ਦੇ ਵਿੱਚ ਬੋਲਦੇ ਨੇ ਔਰ ਅਮਿਤ ਸ਼ਾਹ ਜੀ ਨੂੰ ਵੀ ਉਹਨਾਂ ਦੀ ਗੱਲ ਦਾ ਜਵਾਬ ਦੇਣਾ ਪਿਆ, ਇਹ ਬੜੀ ਵੱਡੀ ਗੱਲ ਹੈ। ਔਰ ਇੱਕ ਪਾਸੇ ਤਾਂ ਉਹ ਲੀਡਰ ਨੇ ਜਿਹੜੇ ਕਿ ਉਹਨਾਂ ਦੇ ਸਾਹਮਣੇ ਖੜ੍ਹੇ ਹੋ ਕੇ ਤਖਤੀਆਂ ਪਿੱਛੇ ਕਰ ਲੈਂਦੇ ਸੀਗੇ ਆਪਣੇ ਕਿਸਾਨੀ ਸੰਘਰਸ਼ ਦੇ ਵਿੱਚ, ਅਤੇ ਸਿਰਫ ਮਾਨ ਸਾਹਿਬ ਹੀ ਉੱਥੇ ਡਟੇ ਰਹੇ ਔਰ ਖੜ੍ਹੇ ਰਹੇ। ਅਤੇ ਪੰਥ ਦੀ ਜਿਵੇਂ ਗੱਲ ਕਰਦੇ ਹੋ ਵੀ ਜੇ ਅੱਜ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਜਿੱਤੇ, ਚਾਹੇ ਟਰਮ ਸਾਡੇ ਕੋਲ ਬਹੁਤ ਛੋਟੀ ਸੀ ਪਰ ਅਸੀਂ ਉਸ ਟਰਮ ਦੇ ਵਿੱਚ ਇੱਦਾਂ ਇੱਦਾਂ ਦੇ ਕੰਮ ਕੀਤੇ ਜਿਹਦੇ ਨਾਲ ਕਿ SGPC ਦੀਆਂ ਅੱਜ ਚੋਣਾਂ ਬਣ ਜਿਹੜੀਆਂ ਬਣਦੀਆਂ ਪਈਆਂ ਨੇ, ਬਹੁਤ ਜਲਦ ਚੋਣਾਂ ਹੋਣਗੀਆਂ। ਅਤੇ ਜਦੋਂ ਕਹਿੰਦੇ ਨੇ ਵੀ ਸਿੱਖਾਂ ਦੀ ਪਾਰਲੀਮੈਂਟ ਜਦੋਂ ਉਸ ਕਬਜ਼ੇ 'ਚੋਂ ਬਾਹਰ ਆ ਗਈ, ਪੰਥ ਜਦੋਂ ਵਿਹਲਾ ਹੋ ਗਿਆ ਗਲਤ ਬੰਦਿਆਂ ਕੋਲੋਂ, ਅਤੇ ਕਹਿੰਦੇ ਨਾ ਵੀ ਜਿਵੇਂ ਕਿ ਦੂਜੇ ਏਜੰਸੀਆਂ ਨੇ ਜਾਂ ਆਪਾਂ ਏਜੰਸੀਆਂ ਹੀ ਨਾਮ ਯੂਜ਼ ਕਰਦੇ ਚੰਗੇ ਲੱਗਦੇ ਹਾਂ ਕਿ ਉਹਨਾਂ ਨੇ ਜਿਵੇਂ ਕਿ ਸਿੱਖਾਂ ਨੂੰ ਅੱਡ ਅੱਡ ਸਿਸਟਮ ਦੇ ਵਿੱਚ ਡਿਵਾਈਡ ਕੀਤਾ ਹੋਇਆ ਸੀਗਾ, ਉਹ ਆਉਣ ਹੁਣ ਉਹ ਸਾਰੇ ਜਾਗ ਚੁੱਕੇ ਨੇ, ਸਾਰਿਆਂ ਨੂੰ ਪਤਾ ਚੱਲ ਗਿਆ ਵੀ ਸਿਰਫ ਸਾਡੇ ਕੋਲ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਵੀ ਹੈਗੇ ਨੇ, ਔਰ ਅਸੀਂ ਜਿਨ੍ਹਾਂ ਨੇ ਸਾਰੀ ਉਮਰ ਨਾ ਕਿਸੇ ਸਾਹਮਣੇ ਝੁਕੇ, ਨਾ ਕਿਸੇ ਸਾਹਮਣੇ ਵਿਕੇ, ਔਰ ਨਾ ਹੀ ਕਿਸੇ ਨਾਲ ਕੋਈ ਹਾਲਾਤਾਂ ਨਾਲ ਵੀ ਸਮਝੌਤਾ ਨਹੀਂ ਕੀਤਾ ਉਹਨਾਂ ਨੇ। ਮੇਰਾ ਇੱਕ ਛੋਟਾ ਜਿਹਾ ਸਵਾਲ ਹੈਗਾ, ਸਾਰੀ ਪਾਰਟੀਆਂ ਆਉਂਦੀਆਂ ਨੇ, ਵੱਡੇ ਤੋਂ ਵੱਡਾ ਲੀਡਰ ਆਉਂਦਾ, ਕੋਈ ਗੁਟਕਾ ਸਾਹਿਬ ਦੀ ਸੌਂਕ ਆਉਂਦਾ, ਕੋਈ ਕੁਛ ਕਹਿੰਦਾ, ਪੰਜਾਬ ਤੋਂ ਨਸ਼ਾ ਖਤਮ ਕਰਨ ਦੀ ਗੱਲ ਕੀਤੀ ਜਾਂਦੀ ਹੈਗੀ ਹੈ, ਕੀ ਸ਼੍ਰੋਮਣੀ ਅਕਾਲੀ ਦਲ ਦਾ ਹਰ ਇੱਕ ਨੁਮਾਇੰਦਾ ਇਹ ਪ੍ਰਣ ਕਰਦਾ ਹੈਗਾ ਵੀ ਪੰਜਾਬ ਦੇ ਵਿੱਚੋਂ ਚਿੱਟੇ ਦੀ ਖੇਪ ਜਿਹੜਾ ਲੈ ਕੇ ਆ ਰਿਹਾ ਹੈ ਕੋਈ ਉਹਨੂੰ ਬਿਲਕੁਲ ਖਤਮ ਕਰ ਦਿੱਤਾ ਜਾਊਗਾ, ਕਿਉਂਕਿ ਪੰਜਾਬ ਦਾ ਜਿਹੜਾ ਫਿਊਚਰ ਹੈਗਾ ਨੌਜਵਾਨ ਅਤੇ ਜਿਹੜਾ ਬੱਚਾ ਵੱਡਾ ਹੋ ਰਿਹਾ ਕਿਤੇ ਨਾ ਕਿਤੇ ਐਂਡ ਹੈਗਾ ਪੰਜਾਬ ਦਾ, ਅੱਗੇ ਜਾ ਕੇ ਅੱਜ ਤੋਂ 10 ਸਾਲ ਬਾਅਦ ਦੇਖੀਏ ਤਾਂ ਪੰਜਾਬ ਖਤਮ ਹੋ ਰਿਹਾ ਹੈਗਾ, ਤੁਸੀਂ ਇਸ ਚੀਜ਼ ਨੂੰ ਮੰਨਦੇ ਹੋ ਔਰ ਖਤਮ ਕਰਨ ਦਾ ਜਿਹੜਾ ਪ੍ਰਣ ਹੈਗਾ ਕਿੰਨਾ ਕੁ ਲੈਂਦੇ ਹੋ? ਅਸਲ 'ਚ ਮੈਂ ਤੁਹਾਨੂੰ ਵੱਡੀ ਗੱਲ ਇਹ ਕਹਿਣਾ ਚਾਹੁੰਦਾ ਜੀ ਜਾਂਦੇ ਜਾਂਦੇ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ
ਜਿਹੜੀ ਕਿ ਇੱਕ ਪੰਥਕ ਪਾਰਟੀ ਹੈ। ਚਲੋ ਗਲਤ ਬੰਦੇ ਸੀਗੇ ਆਉਂਦੇ, ਕਈਆਂ ਪਾਰਟੀਆਂ 'ਚ ਹੁੰਦੇ ਨੇ, ਆਏ ਚਲੇ ਗਏ, ਇੱਕ ਚੈਪਟਰ ਖਤਮ ਹੋ ਗਿਆ। ਪਰ ਜੋ ਸਾਡੀ ਪਾਰਟੀ ਸਿਧਾਂਤਾਂ ਦੇ ਉੱਤੇ ਕੰਮ ਕਰਦੀ ਹੈ, ਔਰ ਵੱਡੀ ਗੱਲ ਇਹ ਹੈਗੀ ਹੈ, ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਸਾਰਿਆਂ ਨੂੰ ਇੱਕੋ ਜਿਹੀ ਕੈਟਾਗਰੀ ਦੇ ਵਿੱਚ ਮੰਨਦੇ ਨੇ, ਚਾਹੇ ਉਹਨਾਂ ਦਾ ਕੋਈ ਵੱਡਾ ਆਗੂ ਹੈ ਚਾਹੇ ਕੋਈ ਛੋਟਾ ਆਗੂ ਹੈ। ਔਰ ਪੰਜਾਬ ਔਰ ਪੰਜਾਬੀਅਤ ਦੇ ਲਈ ਕਿੰਨੇ ਕੁ ਜ਼ਿਆਦਾ ਉਹ ਪਰੇਸ਼ਾਨ ਨੇ, ਉਹਦੀ ਜ਼ਿੰਦਾ ਉਦਾਹਰਣ ਇਹ ਹੈਗੀ ਹੈ ਕਿ 78 ਸਾਲ ਦੀ ਉਮਰ ਦੇ ਵਿੱਚ ਵੀ ਉਹ ਜਨਤਾ ਦੀ ਸੇਵਾ ਦੇ ਵਿੱਚ ਲੱਗੇ ਹੋਏ ਨੇ। ਉਹਨਾਂ ਦੇ ਲਈ ਕਦੀ ਮੀਂਹ ਨਹੀਂ, ਕੋਈ ਹਨੇਰੀ ਨਹੀਂ, ਤੂਫਾਨ ਨਹੀਂ। ਅਸੀਂ ਹਜ਼ਾਰਾਂ ਵਾਰੀ ਮੈਂ ਤੁਹਾਨੂੰ ਇਹ ਦੇਖਿਆ ਵਾ ਮੈਂ ਕਿ ਸਵੇਰ ਦੇ ਤੁਰੇ ਹੋਏ 4-4, 5-5 ਵਜੇ ਉਹਨਾਂ ਨੇ ਦੁਪਹਿਰ ਦਾ ਜਿਵੇਂ ਲੰਚ ਕਰਨਾ, ਜਿਹੜਾ ਕਿ ਇਸ ਉਮਰ ਦੇ ਵਿੱਚ ਆ ਕੇ ਲੋਕ ਘਰਾਂ ਦੇ ਵਿੱਚ ਆਪਣੇ ਜਿਵੇਂ ਪੋਤੇ ਪੋਤੀਆਂ ਦੇ ਨਾਲ ਖੇਡ ਕੇ ਆਪਣੀ ਜਿਹੜੀ ਲਾਈਫ ਬਤੀਤ ਕਰਦੇ ਨੇ, ਬਟ ਉਹਨਾਂ ਦੇ ਅੰਦਰ ਜਿਹੜਾ ਜਜ਼ਬਾ ਹੈਗਾ ਨਾ ਵੀ ਪੰਜਾਬ ਦੇ ਲਈ ਕੁਛ ਕਰ ਲਈਏ, ਸਿੱਖਾਂ ਦੇ ਲਈ ਕੁਛ ਮੈਂ ਕਰਨਾ, ਅਤੇ ਜਿਹੜੀ ਉਹ ਲੜਾਈ ਦਾ ਮੈਂ ਵੀ ਹਿੱਸਾ ਜਿਹੜਾ ਬਣਿਆ ਹੋਇਆ, ਇਹ ਮੇਰੇ ਲਈ ਵੀ ਬੜਾ ਪ੍ਰਾਊਡਫੁੱਲ ਜਿਹੜਾ ਮੈਂ ਫੀਲ ਕਰਦਾ। ਜਿਵੇਂ ਕਿ ਤੁਸੀਂ ਮੈਨੂੰ ਪਹਿਲਾਂ ਸਵਾਲ ਪੁੱਛਿਆ ਸੀਗਾ ਨਾ, ਜਾਂ ਆਪਾਂ ਪਹਿਲਾਂ ਬੈਠੇ ਸੀ ਵੀ ਹੁਣ ਤੁਸੀਂ ਉਰੇ ਆ ਕੇ ਕਿੱਦਾਂ ਦਾ ਮਹਿਸੂਸ ਕਰਦੇ ਹੋ, ਮੈਂ ਤੁਹਾਨੂੰ ਸਹੀ ਦੱਸਾਂ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਦੇ ਨਾਲ ਬੈਠ ਕੇ ਜਦੋਂ ਮੈਂ ਉਹਨਾਂ ਨੂੰ ਫਤਿਹਗੜ੍ਹ ਸਾਹਿਬ ਮੈਨੂੰ ਮਿਲਣ ਦਾ ਮੌਕਾ ਮਿਲਦਾ ਹੈਗਾ, ਇੱਦਾਂ ਦਾ ਪ੍ਰਾਊਡ ਫੀਲ ਹੁੰਦਾ ਹੈਗਾ ਵੀ ਯਾਰ ਮੈਂ ਉਸ ਸ਼ਖਸ ਦੇ ਨਾਲ ਬੈਠਾਂ ਜਿੰਨਾ ਇਸ ਸਦੀ ਦੇ ਜਿਨ੍ਹਾਂ ਦਾ ਸਿੱਖ ਪੰਥ ਦੇ ਲਈ ਔਰ ਪੰਜਾਬੀਅਤ ਦੇ ਲਈ ਉਹਨਾਂ ਨੇ ਆਪਣਾ ਸਾਰਾ ਜੀਵਨ ਲਾ ਦਿੱਤਾ, ਔਰ ਸਾਰੀ ਸਿੱਖ ਕੌਮ ਉਹਨਾਂ ਦਾ ਦੇਣ ਨਹੀਂ ਦੇ ਸਕਦੀ। ਬਾਕੀ ਜਿਹੜੇ ਬੰਦੇ ਅੱਜ ਉਹਨਾਂ ਨੂੰ ਉਹਨਾਂ ਦੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਪਏ ਨੇ ਨਾ ਕਿ ਅਸੀਂ ਵੀ ਇਹਨਾਂ ਤੋਂ ਬਾਅਦ ਦੇ ਅਸੀਂ ਕੋਈ ਜੰਮ ਕੇ ਵੀ ਨਹੀਂ ਬਣ ਸਕਦਾ, ਔਰ ਮੇਰੀ ਉਹਨਾਂ ਸਾਰੇ ਸੱਜਣਾਂ ਦੇ ਵੀ ਬੇਨਤੀ ਹੈਗੀ ਹੈ ਕਿ ਤੁਸੀਂ ਕਿਤੇ ਨਾ ਕਿਤੇ ਜੇ ਤੁਹਾਡੇ ਮਨ ਦੇ ਵਿੱਚ ਇਹ ਖਿਆਲ ਵੀ ਹੈਗਾ ਨਾ ਕਿ ਤੁਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਦੇ ਨਾਲ ਬੈਠਣ ਦਾ ਤਾਂ ਤੁਹਾਨੂੰ ਵਾਹਿਗੁਰੂ ਨੇ ਮੌਕਾ ਦੇ ਤਾ, ਜਾਂ ਉਹਨਾਂ ਦੇ ਬਰਾਬਰ ਜਾਂ ਉਹਨਾਂ ਦੇ ਨੇੜੇ ਤੇੜੇ ਵੀ ਕੋਈ ਵੀ ਨਹੀਂ ਹੈਗਾ, ਸਿਰਫ ਸੇਵਾ ਕਰੋ ਉਹਨਾਂ ਦੇ ਜਿਹੜੇ ਲਾਈਫ ਸਟਾਈਲ ਨੇ ਜਾਂ ਉਹਨਾਂ ਦੇ ਜੋ ਸਿਧਾਂਤ ਨੇ ਉਹਨਾਂ ਨੂੰ ਤੇ ਚੱਲਣ ਦੀ ਕੋਸ਼ਿਸ਼ ਕਰੋ। ਮੈਂ ਵੀ ਚੱਲਣ ਦੀ ਕੋਸ਼ਿਸ਼ ਕਰ ਰਿਹਾ, ਅਤੇ ਜਨਤਾ ਨੂੰ ਵੀ ਉਹ ਅਪੀਲ ਹੈਗੀ ਹੈ ਕਿ ਆਪਾਂ ਪੰਜਾਬ ਦੀ ਚੜ੍ਹਦੀ ਕਲਾ ਦੇ ਲਈ, ਆਪਣੇ ਪੰਥ ਦੀ ਚੜ੍ਹਦੀ ਕਲਾ ਦੇ ਲਈ ਆਪਾਂ ਸਿਰਫ ਅਤੇ ਸਿਰਫ ਉਸ ਪਾਰਟੀ ਦਾ ਪੱਲਾ ਫੜ ਲਈਏ ਜਾਂ ਉਸ ਪਾਰਟੀ ਦੇ ਨਾਲ ਚੱਲੀਏ ਜਿਹਨੇ ਅੱਜ ਤੱਕ ਸਿਰਫ ਪੰਜਾਬ ਦੇ ਪੰਜਾਬੀਅਤ ਲਈ ਹੀ ਕੰਮ ਕੀਤਾ। ਮੈਨੂੰ ਤਾਂ ਇਹ ਲੱਗਦਾ ਹੈਗਾ ਸਾਨੂੰ ਕੋਈ ਪਾਰਟੀ ਦੀ ਲੋੜ ਹੀ ਨਹੀਂ ਹੈਗੀ, ਜੇ ਪੰਜਾਬੀ ਬੰਦਾ ਪੰਜਾਬੀਅਤ ਲਈ ਉਹਦੀ ਸੁਰੱਖਿਆ ਵਾਸਤੇ ਇੱਕਜੁੱਟ ਹੋ ਕੇ ਜੇ ਸਟੈਂਡ ਲੈਂਦਾ ਹੈਗਾ, ਸਾਨੂੰ ਮੈਨੂੰ ਲੱਗਦਾ ਕਿਸੇ ਪਾਰਟੀ ਦੀ ਲੋੜ ਹੈਗੀ। ਜ਼ਰੂਰੀ ਤਾਂ ਨਹੀਂ ਹੈਗੀ ਵੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਿੱਚ ਹੀ ਆਏਗਾ ਅਤੇ ਪੰਜਾਬ ਦੀ ਰੱਖਿਆ ਕਰ ਸਕਦਾ ਹੈਗਾ। ਮੈਂ ਤੁਹਾਡੀ ਗੱਲ ਤੋਂ ਮੈਂ ਸਹਿਮਤ ਹੈਗਾ, ਪਰ ਕਹਿੰਦੇ ਨਾ ਵੀ ਜਦੋਂ ਤੱਕ ਤੁਸੀਂ ਸੱਤਾ ਦੇ ਵਿੱਚ ਨਹੀਂ ਨਾ ਆਉਂਗੇ ਉਦੋਂ ਤੱਕ ਤੁਸੀਂ ਜਨਤਾ ਦੇ ਲਈ, ਆਮ ਜਨਤਾ ਜਿਹੜੀ ਕਿ ਕੌਂਸਲਰਾਂ ਤੱਕ ਹੀ ਵੀ ਪਹੁੰਚਣਾ ਜਿਨ੍ਹਾਂ ਦੇ ਲਈ ਦੁਸ਼ਵਾਰ ਹੈਗਾ। ਇਹ ਤਾਂ ਇਸ ਤਰ੍ਹਾਂ ਹੋ ਜਾਂਦਾ ਨਾ, ਇਹ ਤਾਂ ਇੱਕ ਜ਼ੁਬਾਨੀ ਜੰਗ ਹੋ ਜਾਂਦੀ ਹੈ। ਪੋਲੀਟੀਕਲ ਸਿਸਟਮ ਦੇ ਵਿੱਚ ਕੋਈ ਵੀ ਆ ਜਾਂਦਾ ਹੈਗਾ, ਚਾਹੇ ਵੱਡਾ ਨੇਤਾ ਛੋਟਾ ਨੇਤਾ, ਪੋਲੀਟੀਕਲ ਜੰਗ ਜਿਹੜੀ ਜ਼ੁਬਾਨੀ ਜੰਗ ਹੀ ਰਹਿੰਦੀ ਹੈਗੀ ਹੈ। ਲੋਕ ਤਾਂ ਸਿਰਫ ਉਹਦਾ ਸਵਾਦ ਲੈਂਦੇ ਪਏ ਨੇ। ਇਹਦੇ ਵਿੱਚ ਜੇ ਰੱਖਿਆ ਦੀ ਗੱਲ ਕਰਦੀ ਹੈ, ਨਾ ਪੰਜਾਬ ਦੇ ਪੰਥ ਦੀ ਰੱਖਿਆ ਹੋ ਰਹੀ ਹੈ, ਨਾ ਕਿਸੇ ਖਾਸ ਚੀਜ਼ ਦੀ ਕੋਈ ਹੋ ਰਹੀ ਹੈ, ਬੇਅਦਮੀਆਂ ਵੱਧਦੀ ਜਾ ਰਹੀਆਂ ਨੇ। ਮੈਂ ਉਹੀ ਤੁਹਾਨੂੰ ਦੱਸਣਾ ਚਾਹੁੰਦਾ, ਅੱਜ ਦੇ ਜੋ ਪੰਜਾਬ ਦੇ ਹਾਲਾਤ ਹੋ ਗਏ ਨੇ ਵੀਰ ਜੀ, ਕਿ ਸਭ ਤੋਂ ਪਹਿਲਾਂ ਤੁਸੀਂ ਇਹ ਦੇਖੋ ਆ ਬਾੜਾਂ ਹੋਈਆਂ, ਸਾਰਾ ਪੰਜਾਬ ਡੁੱਬ ਗਿਆ। ਮਾਨ ਸਾਹਿਬ ਨੇ ਕਿੰਨਾ ਯਾਨੀ ਕਿ
ਸਰਕਾਰ ਨੂੰ ਆਗਾਹ ਕੀਤਾ ਵੀ ਫਲਾਨਾ ਡੈਮ ਜਾਂ ਪਾਣੀ ਆਰਾਮ ਆਰਾਮ ਨਾਲ ਛੱਡ ਲਿੱਤਾ ਜਾਏ ਜਾਂ ਜਿੱਦਾਂ ਵੀ ਉਹਨੂੰ ਮੈਨੂਪਲੇਟ ਕੀਤਾ ਜਾ ਸਕਦਾ ਸੀ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤਾ ਨਹੀਂ। ਇੱਦਾਂ ਹੀ ਜਿਵੇਂ ਕਿ ਹੁਣ ਬੇਅਦਬੀਆਂ ਦੀ ਤੁਸੀਂ ਗੱਲ ਕੀਤੀ, ਬੇਅਦਬੀਆਂ ਕਰਵਾਉਣ ਵਾਲੇ ਕੌਣ ਸੀ, ਕਰਨ ਵਾਲੇ ਕੌਣ ਸੀ? ਕਹਿੰਦੇ ਨਾ ਵੀ ਸਰਕਾਰ ਜੇ ਚਾਹੇ ਤਾਂ ਮਿੰਟਾਂ ਸਕਿੰਟਾਂ ਦੇ ਵਿੱਚ ਹਰੇਕ ਮੁੱਦੇ ਦਾ ਹੱਲ ਹੋ ਸਕਦਾ, ਹਰੇਕ ਪ੍ਰੋਬਲਮ ਦਾ ਹੱਲ ਹੋ ਸਕਦਾ, ਪਰ ਜਿਹੜੀਆਂ ਇਹ ਦੂਜੀਆਂ ਸਿਆਸੀ ਪਾਰਟੀਆਂ ਨੇ ਨਾ, ਉਹਨਾਂ ਨੇ ਇਹਨਾਂ ਨੂੰ ਬਣਾ ਲਿਆ ਇੱਕ ਰਾਜਨੀਤਿਕ ਮੁੱਦਾ। ਜਿਵੇਂ ਕਿ ਬੰਦੀ ਛੋੜ ਆਓ ਜੀ, ਇਹ ਵੀ ਇੱਕ ਮੁੱਦਾ ਬਣਾ ਲਿਆ, ਗਰੀਬੀ ਮੁੱਦਾ ਬਣਾ ਲਿਆ, ਬੇਰੁਜ਼ਗਾਰੀ ਮੁੱਦਾ ਬਣਾ ਲਿਆ। ਜਿਹੜੀਆਂ ਦੂਜੀਆਂ ਸਰਕਾਰਾਂ ਨੇ ਨਾ, ਇਹਨਾਂ ਨੇ ਹੁਣ ਤੱਕ ਤਾਂ ਸਿਰਫ ਅਤੇ ਸਿਰਫ ਮੁੱਦੇ ਬਣਾਏ ਨੇ। ਅਤੇ ਪ੍ਰਧਾਨ ਸਾਡੇ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ, ਕਿਉਂਕਿ ਜਿਹੜਾ ਤੁਸੀਂ ਇਹ ਦੇਖ ਲਓ, ਜਿਸ ਸ਼ਖਸ ਨੇ ਆਪਣੀ ਆਈ ਜੀ ਦੀ ਪੋਸਟ ਤੋਂ ਲੱਤ ਮਾਰ ਕੇ ਪੰਥ ਦੇ ਲਈ ਕੀ ਨਾਮ ਕੰਮ ਕੀਤਾ, ਔਰ ਕਿੰਨੇ ਕਿੰਨੇ ਵੱਡੇ ਬਲੇਮ ਔਰ ਕਿੰਨੇ ਕਿੰਨੇ ਕੀ ਨਾਮ ਆਪਣੇ ਸਰੀਰ 'ਤੇ ਆਪਣੇ ਤਸੀਹੇ ਵੀ ਸਹੇ, ਫਿਰ ਵੀ ਅਗਲੇ ਝੁਕੇ ਨਹੀਂ। ਵੱਡੀ ਗੱਲ ਇਹ ਹੈਗੀ ਹੈ ਕਿ ਜਦੋਂ ਤੱਕ ਇੱਦਾਂ ਦਾ ਲੀਡਰ ਅੱਗੇ ਨਹੀਂ ਆਊਗਾ ਨਾ, ਜਿਨ੍ਹਾਂ ਨੂੰ ਪੰਥ ਦੇ ਲਈ ਔਰ ਪੰਜਾਬ ਦੇ ਲਈ ਕਹਿੰਦੇ ਨੇ ਵੀ ਹੈਵੀ ਡਿਸੀਜਨ ਲੈਣ ਦੀ ਪਾਵਰ ਸਿਰਫ ਅਤੇ ਸਿਰਫ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਦੀ ਹੈ। ਬਾਕੀ ਜਿੰਨੇ ਵੀ ਹੁਣ ਤੱਕ ਲੀਡਰ ਆਏ, ਕਿਸੇ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਆਪਣੇ ਆਪ ਨੂੰ ਸੱਤਾ ਦੇ ਵਿੱਚ ਲਿਆਂਦਾ, ਕਿਸੇ ਨੇ ਆਪਣੇ ਮੰਨ ਲਓ ਦੂਸਰੀਆਂ ਪ੍ਰੋਬਲਮਾਂ ਨੂੰ ਖਤਮ ਕਰਨ ਦੇ ਲਈ ਬਰਗਾੜੀ ਗੋਲੀ ਚਲਵਾਤੀ ਜਾਂ ਬੇਅਦਬੀ ਕਰਵਾਤੀ ਤਾਂ ਕਿ ਸਿੱਖਾਂ ਦਾ ਧਿਆਨ ਦੂਜੇ ਪਾਸੇ ਕਨਵਰਟ ਹੋ ਜਾਵੇ। ਇਸ ਲਈ ਸਿਰਫ ਅਤੇ ਸਿਰਫ ਸਿੱਖ ਕੌਮ ਨੂੰ ਹੀ ਟਾਰਗੇਟ ਕੀਤਾ ਗਿਆ, ਔਰ ਸਿਰਫ ਅਤੇ ਸਿਰਫ ਸਾਡੀ ਇੱਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਜਿਹਦੇ ਵਿੱਚ ਤੁਸੀਂ ਦੇਖੋਗੇ ਸਿੱਖ ਨੂੰ ਵੀ ਓਨਾ ਹੀ ਮਾਣ ਸਤਿਕਾਰ ਹੈ, ਹਿੰਦੂ ਭਰਾ ਨੂੰ ਵੀ ਓਨਾ ਹੀ ਮਾਣ ਸਤਿਕਾਰ ਹੈ, ਮੁਸਲਮਾਨ ਭਰਾ ਨੂੰ ਵੀ ਓਨਾ ਹੀ ਮਾਣ ਸਤਿਕਾਰ ਹੈ। ਕਿਉਂਕਿ ਔਰ ਵੱਡੀ ਗੱਲ, ਸਾਡੀ ਪਾਰਟੀ ਦੇ ਵਿੱਚ ਕੋਈ ਵਿੰਗ ਨਹੀਂ ਹੈ। ਸਾਡੀ ਪਾਰਟੀ 'ਚ ਜੇ ਮੈਂ ਮੁੱਖ ਸੇਵਾਦਾਰ ਹਾਂ ਨਾ, ਕੋਈ ਅਹੁਦਿਆਂ ਦੀ ਭੁੱਖ ਜਿਹਨਾਂ ਲੋਕਾਂ ਨੂੰ ਹੈਗੀ ਹੈ, ਉਹ ਤਾਂ ਜ਼ਰੂਰ ਅੱਗੇ ਕੋਈ ਪ੍ਰਧਾਨ ਲਿਖਾਈ ਫਿਰਦਾ, ਕੋਈ ਕੁਛ ਲਿਖਾਈ ਫਿਰਦਾ, ਕੋਈ ਕੁਛ ਲਿਖਾਈ ਫਿਰਦਾ। ਕਹਿਣ ਦਾ ਮਤਲਬ, ਜੇ ਤੁਸੀਂ ਕੁਛ ਸਮਾਜ ਦੇ ਲਈ ਕਰਨਾ ਚਾਹੁੰਦੇ ਹੋ ਨਾ, ਤਾਂ ਤੁਸੀਂ ਮੁੱਖ ਸੇਵਾਦਾਰ ਲਿਖ ਦਿਓਗੇ, ਤਾਂ ਵੀ ਤੁਹਾਡੇ ਕੰਮਾਂ ਨੇ ਜੋ ਤੁਸੀਂ ਕੰਮ ਕਰੋਗੇ, ਉਹ ਕੰਮਾਂ ਦਾ ਜਿਹੜਾ ਹੈਗਾ ਨਾ ਵੀ ਸਿਸਟਮ ਲੋਕਾਂ ਤੱਕ ਜਦੋਂ ਪਹੁੰਚਣਾ, ਤਾਂ ਤੁਹਾਨੂੰ ਦੱਸਣਾ ਨਹੀਂ ਪਊਗਾ ਵੀ ਤੁਸੀਂ ਕਿਹੜੀ ਪਾਰਟੀ ਤੋਂ ਕਿਹੜੇ ਅਹੁਦੇ 'ਤੇ ਕਿਹੜੇ ਬੰਦੇ ਕੰਮ ਕਰਨ ਆ ਰਹੇ ਹੋ। ਜਿਵੇਂ ਕਿ ਮੈਂ ਅੱਜ ਜੇ ਰਾਜਪੂਤ ਸਾਰੇ ਪਾਸੇ ਚੱਲ ਰਿਹਾ ਪੂਰੇ ਪੰਜਾਬ ਦੇ ਵਿੱਚ, ਤਾਂ ਮੈਨੂੰ ਕੋਈ ਇਹ ਨਹੀਂ ਕਹਿੰਦਾ ਹੈਗਾ ਵੀ ਭਾਈ ਵੀ ਇਹ ਮੈਂ ਕਿਸੇ ਨਾ ਅਹੁਦੇ 'ਤੇ ਹੋ ਕੇ ਵੀ ਮੈਂ ਤਾਂ ਸੇਵਾ ਕਰਦਾ ਪਿਆ ਜੀ, ਜੋ ਵੀ ਸਰਕਾਰੀ ਦਰਬਾਰੇ ਜਿਹੜੀ ਮੇਰੀ ਡਿਊਟੀ ਲੱਗਦੀ ਹੈ ਉਹ ਮੈਂ ਪੂਰੀ ਕਰ ਰਿਹਾ। ਔਰ ਇਹ ਤੋਂ ਦੂਜੇ ਪਾਸੇ ਜਿਨ੍ਹਾਂ ਕੋਲ ਸਾਡੀ ਪਾਰਟੀ ਦੇ ਵੱਡੇ ਵੱਡੇ ਅਹੁਦੇ ਨੇ ਵੱਡੇ, ਔਰ ਉਹ ਬੰਦਿਆਂ ਨੇ ਤਾਂ ਸਿਰਫ ਆਪਣਾ ਸਾਡੀ ਪਾਰਟੀ ਦੇ ਨਾਮ 'ਤੇ ਆਪਣੇ ਨਿਆਣੇ ਪਾਲੇ ਜਾਂ ਆਪਣੀਆਂ ਜਾਇਦਾਦਾਂ ਬਣਾਈਆਂ ਜਾਂ ਡਰਾਮੇਬਾਜ਼ੀਆਂ ਕੀਤੀਆਂ, ਜਿਹੜੇ ਕਿ ਹੁਣ ਸਾਡੀ ਪਾਰਟੀ ਤੋਂ ਬਾਹਰ ਜਾ ਚੁੱਕੇ ਨੇ। ਕਹਿਣ ਦਾ ਮਤਲਬ, ਹੁਣ ਸਿਸਟਮ ਔਰ ਕਹਿੰਦੇ ਨਾ ਵੀ ਸੋਚ ਚੇਂਜ ਹੋ ਚੁੱਕੀ ਹੈ, ਔਰ ਉਸ ਸੋਚ ਬਦਲੀ ਹੋਈ ਨੂੰ ਹੀ ਮੈਂ ਕਿਹਾ ਹੈਗਾ ਕਿ ਆਉਣ ਵਾਲਾ ਟਾਈਮ ਜਿਹੜਾ ਹੈਗਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸਰਕਾਰ ਵੀ ਬਣੇਗੀ। ਪੰਜਾਬ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਟਾਈਮ 'ਤੇ ਜਿਵੇਂ ਖੁਸ਼ਹਾਲ ਸੀਗਾ, ਉੱਦਾਂ ਖੁਸ਼ਹਾਲ ਵੀ ਹੋਏਗਾ। ਔਰ ਤੁਸੀਂ ਤੁਹਾਡੇ ਸਾਹਮਣੇ ਆ ਜੇ ਭਾਅ ਜੀ, ਅੱਜ ਜਿਹੜੀ ਆਪਣੀ ਇੰਟਰਵਿਊ ਹੈਗੀ ਹੈ, ਅਤੇ ਉਸ ਟਾਈਮ ਦੀ ਜਿਹੜੀ ਤੁਸੀਂ ਇੰਟਰਵਿਊ ਲਓਗੇ ਨਾ, ਅਤੇ ਇੱਕ ਚਿਹਰਾ ਔਰ ਇੱਕ ਚੜ੍ਹਦੀ ਕਲਾ ਤਾਂ ਚਲੋ ਅੱਜ ਵੀ ਹੈਗੇ ਆ, ਕਿਉਂਕਿ ਰਾਜਪੂਤ ਬਲੱਡ ਦੇ ਵਿੱਚ ਹੀ ਚੜ੍ਹਦੀ ਕਲਾ ਹੈਗੀ ਹੈ, ਅਤੇ ਉਸ ਟਾਈਮ ਦੀ ਜਿਹੜਾ ਰੁਬਾਬ ਹੋਣਾ ਉਹ ਅੱਡ ਹੀ ਹੋਣਾ।
ਸੋ ਇਹ ਸੀਗੇ ਗੁਰਚਰਨ ਸਿੰਘ ਰਾਜਪੂਤ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਗਰੁੱਪ। ਇਹਨਾਂ ਦੀ ਜਿਹੜੀ ਆਪਣੀ ਪਰਸਨਲ ਵਿਚਾਰਧਾਰਾ ਸੀ ਪਾਰਟੀ ਨੂੰ ਲੈ ਕੇ ਬਹੁਤ ਮਜ਼ਬੂਤ ਦਿਸ ਰਹੀ ਹੈਗੀ ਹੈ, ਔਰ ਉਮੀਦ ਹੈਗੀ ਇਹਨਾਂ ਵੱਲੋਂ ਵੀ ਪਾਰਟੀ ਜਿਹੜੀ ਅੱਗੇ ਜਾ ਕੇ ਕੁਝ ਅੱਛਾ ਜਿੱਤ ਹਾਸਲ ਕਰ ਸਕਦੀ ਅਤੇ CM ਵੀ ਬਣਾ ਸਕਦੀ ਹੈਗੀ ਹੈ। ਤੁਸੀਂ ਇਹ ਧਿਆਨ ਦਿਓ ਵੀ ਤੁਸੀਂ ਪੰਜਾਬੀਅਤ ਨੂੰ ਬਚਾਉਣ ਵਾਸਤੇ ਇੱਕਜੁੱਟ ਹੋ ਜਾਓ। ਪੰਜਾਬ ਜਿਹੜਾ ਹੈਗਾ ਸਾਰਿਆਂ ਦਾ ਆਪਣਾ ਹੈਗਾ, ਇੱਥੇ ਹਿੰਦੂ ਵੀ ਵੱਸਦੇ, ਸਿੱਖ ਵੀ ਵੱਸਦੇ, ਈਸਾਈ ਵੀ ਵੱਸਦੇ, ਮੁਸਲਮਾਨ ਵੀ ਵੱਸਦੇ, ਅਤੇ ਸਾਰੇ ਹੀ ਇਕੱਠੇ ਹੋ ਕੇ ਰਹਿ ਰਹੇ। ਜਿਹੜੇ ਆਮ ਜਨਤਾ ਹੈਗੀ ਹੈ ਉਹਨਾਂ ਨੂੰ ਪੋਲੀਟੀਕਲ ਸਿਸਟਮ ਤੋਂ ਕੁਛ ਲੈਣਾ ਦੇਣਾ ਨਹੀਂ ਹੈ, ਕਿਉਂਕਿ ਸਭ ਬਿਜ਼ੀ ਨੇ। ਸਾਰਿਆਂ ਨੂੰ ਇੰਨੀ ਕੁ ਲੋੜ ਹੈ ਵੀ ਮੈਂ ਆਪਣਾ ਕੰਮ ਕਰਨਾ ਹੈ, ਮੈਂ ਆਪਣਾ ਪਰਿਵਾਰ ਪਾਲਣਾ, ਮੈਂ ਆਪਣੀ ਰਿਸ਼ਤੇਦਾਰੀਆਂ ਨਿਭਾਉਣੀਆਂ ਨੇ। ਪੋਲੀਟੀਕਲ ਸਿਸਟਮ ਨਾਲ ਜਿਹੜਾ ਹੈਗਾ ਕਿਸੇ ਨੂੰ ਕੋਈ ਲੈਣਾ ਅਤੇ ਦੇਣਾ ਨਹੀਂ ਹੈਗਾ। ਤੁਸੀਂ ਦੇਖਦੇ ਰਹੋ ਲਾਈਵ ਤੇਜ਼ ਚੈਨਲ।